ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾ ਰਹੀ। ਸਾਡੇ ਲੀਡਰ ਇੱਥੇ ਪਰਸਨਲੀ ਆਏ, ਤੁਹਾਡਾ ਦਾਸ ਵੀ ਆਇਆ, ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਵੀ ਆਏ ਵੀ ਇਹ ਨਕਾਬ ਕਰਨਗੇ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਨੇ ਰਲ ਕੇ ਇੱਡੀ ਵੱਡੀ ਸਾਜਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ। ਕਹਿੰਦਾ ਤੌਰ ਕਾਂਗਰਸ ਬਰਕਰਾਰ ਸੀ ਭਰਾ ਹੈ ਤੁਹਾਡਾ, ਕਹਿੰਦਾ ਛੋਟਾ ਸਿੱਧੂ ਮੂਸੇ ਵਾਲਾ ਆਇਆ, ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ। ਜਿਹੜੀ ਡੈਮੋਕ੍ਰੇਸੀ ਬਚਾਉਣੀ ਹੈ, ਜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਸੰਵਿਧਾਨ ਬਚਾਉਣਾ, ਜੇ ਪੰਜਾਬ ਦੇ ਹੱਕਾਂ ਨੂੰ ਡਟ ਕੇ ਪਹਿਰਾ ਦੇਣਾ, ਜੇ ਕਿਸਾਨੀ ਅਤੇ ਖੇਤ ਮਜ਼ਦੂਰ ਬਚਾਉਣਾ, ਤਾਂ ਕਾਂਗਰਸ ਤੋਂ ਇਲਾਵਾ ਹੋਰ ਕੋਈ ਇਹੋ ਜਿਹੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਵਾ ਸਕੇ। ਨਹੀਂ ਹੈ, ਇੱਕ ਸਾਜਿਸ਼ ਦੇ ਅਧੀਨ ਇੱਕ ਨੌਜਵਾਨ ਉਭਰਦੀ ਹੋਈ ਪੰਜਾਬ ਦੀ ਆਵਾਜ਼, ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੈਮਾਨੇ 'ਤੇ ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ, ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਹ ਇੰਸੀਡੈਂਟ ਹੋਇਆ, ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾ ਰਹੀ। ਸਾਡੇ ਲੀਡਰ ਇੱਥੇ ਪਰਸਨਲੀ ਆਏ, ਤੁਹਾਡਾ ਦਾਸ ਵੀ ਆਇਆ, ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਵੀ ਆਏ, ਘਰ ਬੈਠ ਕੇ ਗਏ। ਉਹਨਾਂ ਦਾ ਮਨ ਇਹ ਸੀ ਕਿ ਜਸਟਿਸ ਲੈਣ ਵਾਸਤੇ ਸਿੱਧੂ ਮੂਸੇਵਾਲੇ ਉਹਨਾਂ ਦੇ ਪਿਤਾ ਜਿਹੜੇ ਇਹ ਖੁਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾਣ, ਉੱਥੇ ਗੱਲ ਜਿਹੜੀ ਹੈ ਚੁੱਕੀ ਜਾਏ। ਇਹਨਾਂ ਨਾਲ ਲਗਾਤਾਰ ਮੇਰਾ ਸੰਪਰਕ ਸੀ, ਬਹੁਤ ਹੱਦ ਤੱਕ ਇਹਨਾਂ ਨੇ ਸਾਨੂੰ ਹਾਂ ਵੀ ਭਰੀ ਸੀ। ਲਗਾਤਾਰ ਇਹ ਤਕਰੀਬਨ ਸਾਲ ਇਹ ਗੱਲ ਚੱਲਦੀ ਰਹੀ, ਅਖੀਰ 'ਤੇ ਆ ਕੇ ਕਿਸੇ ਕਾਰਨ ਉਹ ਵੀ ਨਿੱਜੀ ਇਹਨਾਂ ਦੇ ਜਿਹੜੇ ਆਪਸ, ਇਹਨਾਂ ਨੇ ਕਿਹਾ ਕਿ ਬਾਜਵਾ ਸਾਹਿਬ ਮੈਨੂੰ ਕੋਈ ਆਪਣੀ ਘਰ ਦੀ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਜਿਸ ਦੇ ਕਾਰਨ ਇਹ ਜਿਹੜੀ ਤੁਹਾਡੀ ਪੇਸ਼ਕਸ਼ ਹੈ ਉਹ ਹੋ ਸਕਦਾ ਸਾਨੂੰ ਇਹ ਨਾ ਮੈਨੂੰ ਇਹ ਤਸਲੀਮ ਕਰਨੀ ਪਏ, ਨਾ ਮੇਰੇ ਕੋਲ ਯੈਸ ਕਰਨੀ ਪਏ। ਜਦੋਂ ਅਖੀਰ ਇਹਨਾਂ ਵੱਲੋਂ ਇਨਕਾਰੀ ਹੋਈ ਤਾਂ ਫਿਰ ਇਹ ਟਿਕਟ ਅਗਲੇ ਪਾਸੇ ਗਏ। ਇਸ ਦੇ ਬਾਵਜੂਦ ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ, ਮੈਂ ਸਰ ਚਮਕੌਰ ਸਿੰਘ ਨੂੰ ਬਾਅਦ ਦੇ ਵਿੱਚ ਬਕਾਇਦਾ ਤੌਰ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ, ਉੱਤੋਂ ਵੀ ਉਹ ਚਾਹੁੰਦੇ ਨੇ, ਮੈਨੂੰ ਵੀ ਉਹਨਾਂ ਨੇ ਇਹ ਪੁੱਛਿਆ ਸੀ, ਮੈਂ ਵੀ ਕਿਹਾ ਸੀ ਕਿ ਪੱਕੇ ਤੌਰ 'ਤੇ ਤੁਸੀਂ ਫਿਕਰ ਨਾ ਕਰੋ, ਜਦੋਂ ਮੌਕਾ ਆਏਗਾ ਅਸੀਂ ਜ਼ਰੂਰ ਚਾਹੁੰਦੇ। ਇਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਹੈ, ਇਹਨਾਂ ਦਾ ਤਾਂ ਇੱਕ ਨੌਜਵਾਨ ਬੱਚਾ ਜਿਹੜਾ ਉਹ ਨਹੀਂ ਰਿਹਾ, ਉਹ ਪਾਰਟੀ ਵੀ ਚਾਹੁੰਦੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੇ ਆਉਣਗੇ ਤਾਂ ਉੱਥੇ ਅਸੀਂ ਜਸਟਿਸ ਵੀ ਲਵਾਂਗੇ ਅਤੇ ਉਹ ਲੋਕ ਬੇਨਕਾਬ ਕਰਨਗੇ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਨੇ ਰਲ ਕੇ ਇੱਡੀ ਵੱਡੀ ਸਾਜਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਨਹੀਂ। ਪਰ ਚਲੋ, ਉਹ ਇਹਨਾਂ ਦਾ ਆਪਣਾ ਇੱਕ ਫੈਸਲਾ ਸੀ। ਫੈਸਲੇ ਤੋਂ ਬਾਅਦ ਸਰਜੀਤਮਿੰਦਰ ਸਿੰਘ ਸਿੱਧੂ ਜੀ ਨੂੰ ਇਹ ਸੀਟ ਦਿੱਤੀ ਗਈ, ਉਹਨਾਂ ਨੇ ਖੁਦ ਦੱਸਿਆ ਅਤੇ ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਜਾ ਕੇ ਆਪਣੀ ਹਾਜ਼ਰੀ ਭਰ ਕੇ ਆਇਓ। ਇਹ ਗਏ ਨੇ, ਮੈਨੂੰ ਦੱਸਿਆ ਸਾਡੀ ਬੜੀ ਅੱਛੀ ਮੁਲਾਕਾਤ ਹੋਈ ਹੈ। ਮੈਨੂੰ ਇਹ ਵੀ ਯਕੀਨ ਦਵਾਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ, ਜਿੱਥੇ ਵੀ ਜਾਓਗੇ ਅਸੀਂ ਤੁਹਾਡੀ ਮਦਦ ਵਾਸਤੇ, ਜਿਹੜੇ ਬਾਹਰਲੇ ਹਲਕਿਆਂ 'ਚ ਵੀ ਜਾਓਗੇ ਜਾਵਾਂਗੇ। ਕੋਈ ਛੋਟੇ ਮੋਟੇ ਕੋਈ ਮੱਧ ਭੇਦ ਪਿਛਲੇ ਚੰਦ ਦਿਨਾਂ 'ਚ ਕੁਝ ਆਏ ਲੋਕਲ ਆਈ, ਬਟ ਉਹ ਮੱਧ ਭੇਦ ਅੰਦਰ ਸਾਡੀ ਗੱਲਬਾਤ ਹੋ ਚੁੱਕੀ ਹੈ। ਮੈਂ ਇਹਨਾਂ ਨੂੰ ਯਕੀਨ ਦਵਾਇਆ ਕਿ ਤੁਹਾਡੀ ਇਹ ਲੜਾਈ ਜਿਹੜੀ, ਤੁਹਾਡੀ ਇੱਜ਼ਤ ਜਿਹੜੀ,
ਇਹ ਬਕਾਇਦਾ ਤੌਰ ਕਾਂਗਰਸ ਬਰਕਰਾਰ ਰੱਖੇ। ਤੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾ ਬਲਕੌਰ ਸਿੰਘ ਜੀ, ਸਾ ਚਮਕੌਰ ਸਿੰਘ ਜੀ, ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਹੈ, ਸਿੱਧੂ ਭਰਾ ਹੈ ਤੁਹਾਡਾ, ਕਾਂਗਰਸੀ ਭਰਾ ਹੈ ਤੁਹਾਡਾ, ਕਿਰਪਾ ਕਰਕੇ ਆਸ਼ੀਰਵਾਦ ਭਰਿਆ ਹੱਥ ਰੱਖੋ। ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਹੈ, ਇਹ ਪਾਰਲੀਮੈਂਟ 'ਚ ਵੀ ਲੜੇਗਾ ਅਤੇ ਜਿੱਦਣ ਤੁਹਾਡੀ ਸਰਕਾਰ 27 'ਚ ਆ ਗਈ, ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤਾਂ ਫਿਰ ਤੁਸੀਂ ਕਿਹੋ ਕਿ ਤੁਸੀਂ ਜਵਾਨਾਂ ਵਾਲੀ ਗੱਲ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ, ਜਿੰਨਾ ਤੁਹਾਨੂੰ ਦਰਦ ਹੈ ਉਨਾ ਹੀ ਸਾਨੂੰ, ਬਟ ਅਸੀਂ ਗੁਰੂ ਮਹਾਰਾਜ ਸਾਹਿਬ ਦਾ ਬਹੁਤ ਵੱਡਾ ਸ਼ੁਕਰਾਨਾ ਵੀ ਕਰਨਾ ਚਾਹੁੰਦੇ। ਜਿਹੜਾ ਛੋਟਾ ਸਿੱਧੂ ਮੂਸੇਵਾਲਾ ਆਇਆ, ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ। ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਵੇਖੋ, ਇੱਕ ਹੱਥੋਂ ਚੀਜ਼ ਲੈਣੀ, ਦੂਜੇ ਹੱਥੋਂ ਚੀਜ਼ ਲੈਣੀ। ਤੋ ਇਸ ਗੱਲ ਕਾਰਨ ਜ਼ਿਆਦਾ ਹੋਰ ਗੱਲ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਿਵਾਵਾਂਗੀ, ਸਮੁੱਚੀ ਪਾਰਟੀ ਅਜੇ, ਸਾ ਬਲਕੌਰ ਸਿੰਘ ਜੀ, ਅਜੇ ਤਾਂ ਟਿਕਟਾਂ ਦੀ ਕੱਲ੍ਹ ਹੀ ਵੰਡ ਮੁਕੰਮਲ ਹੋਈ, ਅਜੇ ਇੱਕ ਰਹਿੰਦੀ ਫਿਰੋਜ਼ਪੁਰ। ਜਿੱਦਣ ਅਸੀਂ ਆਏ ਸਾਡੀ ਸਾਰੀ ਕੰਪੇਅਰ ਹੈ ਪੰਜਾਬ 'ਚ ਸਾਡੇ ਅਜ਼ੀਜ਼ ਦੇ ਨਾਂ 'ਤੇ ਚੱਲਣੀ, ਅਜੇ ਤਾਂ ਕੰਮ ਹੀ ਸ਼ੁਰੂ ਹੈ। ਅਜੇ ਤਾਂ ਛੋਟਾ ਛੋਟਾ ਜਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਹੀ ਹੈ, ਥੋੜ੍ਹਾ ਮੋਟਾ ਵਰਕਰ ਤਿਆਰ ਕਰੀਦੇ ਨੇ, ਉੱਠੋ ਜਾਗੋ ਸਰ, ਇਹ ਜਿੱਦਣ ਆ ਗਈ ਸਾਡੀ ਮੇਨ ਕੰਪੇਨ ਜਿਹੜੀ, ਉਹ ਆਪਣੇ ਨੌਜਵਾਨ ਛੋਟੇ ਵੀਰ 'ਤੇ ਹੋਣੀ ਹੈ। ਮੂਸੇਵਾਲਾ ਸਾਹਿਬ ਨੂੰ ਪੁੱਛੋ, ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਹੈ ਅਤੇ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਹਾ, ਸਾਨੂੰ ਜਸਟਿਸ ਨਹੀਂ ਦਵਾ ਰਿਹਾ, ਆਪ ਆਪਣੀ ਗੱਡੀ 'ਚ ਲਿਜਾ ਕੇ ਵਿਧਾਨ ਸਭਾ ਦੇ ਬਾਹਰ ਤਕੜੇ ਹੋ ਕੇ ਧਰਨਾ ਮਾਰਿਆ, ਮਜਬੂਰ ਕੀਤਾ ਮੁੱਖ ਮੰਤਰੀ ਨੂੰ ਕਿ ਆਪਣਾ ਉੱਥੇ ਮਨਿਸਟਰ ਘੱਲਿਆ। ਮਨਿਸਟਰ ਨੇ ਵਿਸ਼ਵਾਸ ਦਵਾਇਆ ਕਿ ਇੰਨੇ ਦਿਨਾਂ 'ਚ ਤੁਹਾਡੀ ਮੀਟਿੰਗ ਕਰਾਵਾਂਗੇ, ਫਿਰ ਉਸ ਗੱਲ ਤੋਂ ਭੱਜੇ। ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਪੰਜਾਬ ਦਾ, ਇਹ ਬਕਾਇਦਾ ਤੌਰ ਭਾਜਪਾ ਦੀ ਬੀ ਟੀਮ। ਇਹਨਾਂ ਤੋਂ ਜੇ ਅਸੀਂ ਉਮੀਦ ਕਰੀਏ ਕਿ ਸਾਨੂੰ ਜਸਟਿਸ ਦਵਾਉਣਗੇ, ਜਸਟਿਸ ਨਹੀਂ ਦਵਾਉਣਗੇ। ਇਹ ਜੋ ਕੁਝ ਸਾਡੇ ਨਾਲ ਵਾਪਰਿਆ ਇਹਦੇ ਵਿੱਚ ਇਹ ਬੰਦੇ ਹਿੱਸੇਦਾਰ। ਤੋ ਇਸ ਗੱਲ ਕਾਰਨ ਸਾਡਾ ਅਜ਼ੀਜ਼, ਸਾਡਾ ਛੋਟਾ ਵੀਰ ਤੁਹਾਨੂੰ ਵਚਨ ਦੇ ਕੇ ਚੱਲਿਆ, ਮਰਦੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ, ਇਹ ਆਪਣਾ ਜੋ ਤੁਹਾਨੂੰ ਦਿੱਤੀ ਜ਼ੁਬਾਨ ਇਹ ਪੁਗਾਏਗਾ, ਇੱਥੇ ਪਾਰਟੀ ਪੁਗਾਏਗੀ। ਜੇ ਤੁਹਾਨੂੰ ਮੇਰੇ 'ਤੇ ਫੇਥ ਹੈ ਤਾਂ ਕਿਰਪਾ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਸਾਰੇ ਵਰਕਰ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ, ਇਸ ਟਾਈਮ ਬਹੁਤ ਵੱਡੀ ਚੁਣੌਤੀ ਹੈ ਹਿੰਦੁਸਤਾਨ। ਜੇ ਅਸੀਂ ਆਪਣੀ ਲੋਕ ਰਾਜ ਜਿਹੜੀ ਡੈਮੋਕਰੇਸੀ ਬਚਾਉਣੀ, ਜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਸੰਵਿਧਾਨ ਬਚਾਉਣਾ, ਜੇ ਪੰਜਾਬ ਦੇ ਹੱਕਾਂ ਨੂੰ ਡਟ ਕੇ ਪਹਿਰਾ ਦੇਣਾ, ਜੇ ਕਿਸਾਨੀ ਅਤੇ ਖੇਤ ਮਜ਼ਦੂਰ ਬਚਾਉਣਾ, ਤਾਂ ਕਾਂਗਰਸ ਤੋਂ ਇਲਾਵਾ ਹੋਰ ਕੋਈ ਇਹੋ ਜਿਹੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਵਾ ਸਕੇ। ਤੋ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਛੋਟੀ ਮੋਟੀਆਂ ਕਮੀਆਂ ਨੇ, ਮੈਂ ਸਾ ਚਮਕੌਰ ਸਿੰਘ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਚਮਕੌਰ ਸਿੰਘ ਜੀ, ਮੈਂ ਤੁਹਾਡੇ ਤੋਂ ਅੰਗਰੇਜ਼ੀ 'ਚ ਕਹਿੰਦੇ ਫੋਨ ਵੇ, ਸਮਝੋ ਇੱਕ ਕਾਲ ਵੇ ਕਹੀਦਾ, ਇੱਕ ਟੈਲੀਫੋਨ ਦੀ ਤੁਸੀਂ 2 ਮਿੰਟ 'ਚ ਘੰਟੀ ਵਜਾਓ ਤਾਂ ਮੈਂ ਉੱਥੇ, ਜੇ ਨਾ ਕੋਈ ਗੱਲ ਸਹੁਰੇ ਤਾਂ ਮੈਂ ਸੁਣੂ। ਹੁਣ ਜੇ ਤੁਸੀਂ ਦੱਸੋ ਹੀ ਨਾ ਤਾਂ ਸੜਕ 'ਤੇ ਕੀ ਹੋ ਰਿਹਾ, ਜਿੰਨਾ 'ਚ ਕੋਈ ਦੱਸਦਾ ਨਹੀਂ, ਇੱਥੇ ਬੈਠੇ ਆਪਾਂ ਨੂੰ ਕੀ ਪਤਾ ਲੱਗਦਾ ਬਾਹਰ ਕੀ ਹੋ ਰਿਹਾ।
ਜੋ ਕੁਝ ਵੀ ਕੋਈ ਪਰਿਵਾਰ ਦੀ ਜਾਂ ਵਰਕਰਾਂ ਦੀ ਉਹਨਾਂ ਦੀ ਆਪਣੀ ਤੇ ਕੋਈ ਪ੍ਰੋਬਲਮ ਨਹੀਂ, ਜੋ ਕੋਈ ਆਪਣੇ ਵਰਕਰਸ ਦੀ ਕੋਈ ਛੋਟੀ ਮੋਟੀ ਕੋਈ ਇਥੋਂ ਲੋਕਲਾਈਜ਼ਡ ਪ੍ਰੋਬਲਮ ਹੈ, ਅਸੀਂ ਉਹਦਾ ਹੱਲ 100% ਕਰਾਂਗੇ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ, ਆਪਣੇ ਵਰਕਰ ਸਾਥੀਆਂ ਦਾ, ਸਿੱਧੂ ਸਾਹਿਬ ਦਾ, ਆਪਣੇ ਪ੍ਰੈਸ ਦੇ ਭਰਾਵਾਂ ਦਾ ਜਿਹੜੇ ਲੇਟ ਨਾਈਟ ਆਏ ਨੇ, ਉਹਨਾਂ ਸਾਰਿਆਂ ਦਾ ਮਸ਼ਕੂਰ ਹਾਂ। ਤੁਸੀਂ ਬਹੁਤ ਇੱਜ਼ਤ ਕਰਦੇ ਹੋ, ਬਹੁਤ ਮਾਣ ਕਰਦੇ ਹੋ, ਅਤੇ ਜੇ ਯਕੀਨ ਕਰਦੇ ਹੋ ਸਾਹਿਬ ਬਲਕੌਰ ਸਿੰਘ ਜੀ, ਹੁਣ ਉੱਠ ਕੇ ਇੱਕ ਵਾਰ ਕਹਿ ਦਿਓ ਕਿ ਮੇਰਾ ਛੋਟਾ ਵੀਰ ਆਇਆ, ਮੈਂ ਉਹਦੀ ਜ਼ੁਬਾਨ 'ਤੇ ਵਿਸ਼ਵਾਸ ਕਰਨਾ। ਤੋ ਇੰਨਾ ਹੀ ਮੈਂ ਕਹਿੰਦਾ ਹੋਇਆ ਅਖੀਰ 'ਤੇ ਸਾਹਿਬ ਬਲਕੌਰ ਸਿੰਘ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡਾ ਜੋ ਵੀ ਸਾਥੀਆਂ ਦੀ ਕੋਈ ਗੱਲਬਾਤ ਹੈ ਵੀ ਮੇਰੇ ਨੋਟਿਸ ਲਿਆਂਦੀ, ਉਹਨਾਂ ਨੂੰ ਤੁਹਾਡੇ ਹੀ ਪੂਰਨ, ਤੁਹਾਡਾ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਕਿਹਾ, ਜੋ ਜੋ ਵੀ ਤੁਹਾਡੇ ਹੁਕਮ ਹੋਣਗੇ ਪਾਰਟੀ ਪੂਰਾ ਤੁਹਾਡੇ ਮੁਤਾਬਕ ਚੱਲੇਗੀ ਹੈ, ਕੋਈ ਗਲਤ ਫਹਿਮੀ ਕੱਢ ਦਿਓ, ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਤੁਹਾਡਾ ਦਾਸ ਹੀ ਇੱਥੇ ਵੱਡਾ ਤੁਹਾਡੇ ਵਾਸਤੇ, ਤੁਹਾਡਾ ਹਰ ਇੰਟਰਸਟ ਵਾਚ ਕੀਤਾ ਜਾਏਗਾ, ਪਰਿਵਾਰ ਦਾ ਵੀ, ਆਪਣੇ ਵਰਕਰ ਸਾਥੀਆਂ। ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।